ਚੰਗੇ ਭਵਿੱਖ ਦੀ ਖਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਪਰ ਉੱਥੇ ਕਿਸੇ ਅਣਜਾਈ ਘਟਨਾ ਕਾਰਨ ਉਹਨਾਂ ਨੂੰ ਮੌਤ ਆਪਣੇ ਅਗੋਸ਼ ਵਿੱਚ ਲੈ ਜਾਂਦੀ ਹੈ ਤੇ ਪਿੱਛੇ ਬੁੱਢੇ ਮਾਂ ਬਾਪ ਦਾ ਲੱਕ ਤੋੜ ਦਿੰਦੀ ਹੈ। ਐਸੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵੰਡੀ ਭੁਰਖ ਤੋਂ, ਜਿੱਥੋਂ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਤਲਵਿੰਦਰ ਸਿੰਘ, ਜੋ ਕਿ 2009 ਵਿੱਚ ਇੰਗਲੈਂਡ ਗਿਆ ਸੀ ਤੇ ਉਸਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ। 14 ਸਾਲ ਹੋ ਗਏ ਇੰਗਲੈਂਡ ਗਏ ਨੂੰ, ਤਦ ਤੋਂ ਨਹੀਂ ਸੀ ਆਇਆ ਪਿੰਡ। ਬਾਪ ਕਰਦਾ ਸੀ ਬਿਜਲੀ ਵਿਭਾਗ ਵਿੱਚ ਨੌਕਰੀ ਤੇ ਸਾਰੀ ਜਮਾਂ ਪੂੰਜੀ ਖਰਚ ਕਰ ਦਿੱਤੀ ਬੇਟੇ ਨੂੰ ਵਿਦੇਸ਼ ਭੇਜਣ ਤੇ। 16 ਲੱਖ ਰੁਪਇਆ ਲਗਾ ਕੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਜੋ ਕਿ ਘਰ ਦੇ ਹਾਲਾਤ ਸੁਧਰ ਸਕਣ, ਪਰ 14 ਸਾਲ ਬਾਅਦ ਆਪਦਾ ਨਹੀਂ ਆਇਆ, ਪਰ ਉਸਦੀ ਮੌਤ ਦਾ ਸੁਨੇਹਾ ਜ਼ਰੂਰ ਆ ਗਿਆ। ਹੁਣ ਰੋਂਦੇ ਪਰੋਂਦੇ ਪਰਿਵਾਰ ਦੀ ਗੁਹਾਰ ਆ ਕੇ ਉਹਨਾਂ ਦੇ ਪੁੱਤਰ ਦੇ ਮ੍ਰਿਤਕ ਦੇ ਭਾਰਤ ਲਿਆਂਦੇ ਜਾਵੇ ਤਾਂ ਕਿ ਉਸਦਾ ਚਿਹਰਾ ਆਖਰੀ ਵਾਰ ਵੇਖ ਸਕਣ ਅਤੇ ਉਸਦੇ ਅੰਤਮ ਆਪਣੇ ਰੀਤੀ ਰਿਵਾਜਾਂ ਅਨੁਸਾਰ ਕਰ ਸਕਣ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਮੈਂ ਨੌਂ 'ਚ ਭੇਜਿਆ ਸੀ ਖੀਰ ਜੇ, ਨੌਂ ਦੀ ਖੀਰ ਜੇ। 14 ਸਾਲ ਮੇਰੇ ਪੁੱਤ ਨੂੰ ਗਏ ਨੂੰ ਹੋ ਗਏ, ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਇਕੱਲੇ ਬਾਹਰ, ਵੀ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਘੱਲੂਗਾ। ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ, ਉੱਧਰ ਸਰਕਾਰ ਨੂੰ ਉਹਨੇ ਦੇਤੀ। ਆਖਣਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ, ਹਾਏ ਮੈਂ ਪੇਪਰ ਬਣਾਉਣ ਡਿਆ ਵਾਂ, ਆਉਂਦਾ ਹੀ ਹੁਣ ਮੈਂ ਆ ਜਾਣਾ ਵਾਂ। ਮੰਮੀ ਇੱਕ ਮਹੀਨਾ ਹੀ ਆ ਸਿਰਫ, ਨਵੇਂ ਸਾਲ 'ਚ ਮੈਂ ਆ ਜਾਣਾ ਵਾਂ, ਮੈਂ ਆਣ ਕੇ ਨਾ ਕੁਛ ਕਰੂੰਗਾ। ਮੈਂ ਨਾ ਵੇਖਿਆ ਘਰ, ਨਾ ਮੈਂ ਵੇਖਿਆ ਬਾਹਰ, ਵੀ ਮੈਂ ਆਪਣਾ ਘਰ ਬਣਾ ਲਾ। ਮੈਂ ਨਾ ਬਣਾਇਆ ਘਰ, ਵੀ ਮੇਰੇ ਪੁੱਤ ਦੀ ਕਮਾਈ ਆ, ਚੱਲ ਉੱਧਰ ਹੀ ਵਿਆਹ ਪੂਰੀ ਕਰ ਲਾ। ਤਾਂ ਮੰਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲਊਂਗਾ, ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਕੀ ਚੰਗਾ ਭਲਾ, ਨਾ ਕੋਈ ਦੁੱਖ ਨਾ ਕੋਈ ਤਕਲੀਫ ਮੇਰੇ ਪੁੱਤ ਨੂੰ, ਕੋਈ ਨਹੀਂ ਮੇਰੇ ਪੁੱਤ ਨੂੰ। ਯਕਦਮ ਹੀ ਗੱਲਾਂ ਕਰਦਾ ਕਰਦਾ ਹੀ 9 ਵਜੇ ਮੈਨੂੰ ਫੋਨ ਆਉਂਦਾ ਵਾ, 12 ਵਜੇ ਸੱਸ ਨੂੰ ਆਉਣ ਡਿਆ ਵਾ। ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਵਾਪਰੀਆਂ ਕੀ ਮੇਰੀ ਸਰਕਾਰ ਗਲੀ ਇਹੋ ਪੀ ਲਾ। ਮੈਂ ਤਾਂ ਘਰ ਧੋਤਾ ਹੀ ਪੁੱਤ ਬਦਲੇ, ਵੀ ਚੱਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ, ਆਪੇ ਆਪਣੇ ਘਰ ਦੀ ਜ਼ਿੰਦਗੀ ਸਵਾਰ ਲਊਗਾ। ਪੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੋੜ ਕੇ ਆਪਣੇ ਪੁੱਤ ਨੂੰ ਬਾਹਰ ਘੱਲਿਆ, ਮੈਂ ਪੋਰੀਆ ਪੋਰੀਆ ਕਰਕੇ ਘੱਲਿਆ। ਮੈਨੂੰ ਨਹੀਂ ਪਤਾ, ਪਰ ਮਾਂ ਨੂੰ ਗਾੜੀ ਲਾਉਂਦਾ ਆਪ ਬਾਅਦ 'ਚ ਤੁਰਦਾ। ਮੇਰੀ ਸਰਕਾਰ ਨੂੰ ਇਹੋ ਅਪੀਲ ਆ ਵੀ ਮੇਰਾ ਪੁੱਤ ਨੂੰ ਇੱਕ ਵਾਰ ਲਿਆਂਦਾ ਜਾਵੇ। ਮੈਂ ਤੇ ਨਾ ਵੇਖਿਆ ਘਰ, ਨਾ ਵੇਖਿਆ ਮੈਂ ਬਾਹਰ, ਮੈਂ ਕਮਾਈ ਦੇ ਕਰਕੇ, ਨਾ ਨਾ ਮੇਰਾ ਕੋਈ ਪਿਆਲੀ, ਨਾ ਮੇਰਾ ਕੋਈ ਬੰਨਾ। ਸਾਡਾ ਬੇਟਾ ਤਲਵਿੰਦਰ ਸਿੰਘ 2009 ਨੂੰ ਇੰਗਲੈਂਡ ਗਿਆ ਸੀ, ਪਰ ਉੱਥੇ ਇੰਨੇ ਹਾਲਾਤ ਨਹੀਂ ਸੁਧਾਰ ਸਕਿਆ। ਪੂੰਜੀ ਇਕੱਠੀ ਕਰਕੇ ਮੈਂ ਬਿਜਲੀ ਬੋਰਡ ਦੇ ਵਿੱਚ ਲਾਇਰਮੈਨ ਦੇ ਅਹੁਦੇ 'ਤੇ ਨੌਕਰੀ ਕੀਤੀ, ਪੈਸਾ ਇਕੱਠਾ ਕਰਕੇ GP ਫੰਡ ਵੀ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਅਤੇ ਉਹਨੂੰ ਮੈਂ ਇੰਗਲੈਂਡ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ। 14 ਸਾਲ ਪਿੱਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ। 23 ਤਰੀਕ ਨੂੰ ਮੈਨੂੰ ਖਬਰ ਆਈ ਆ ਹਨੇਰੇ 2 ਵਜੇ ਅਤੇ ਉਸਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ। ਫਿਰ ਘਰ ਦੇ ਜੀਆਂ ਨੂੰ ਮੈਂ ਠਾਲਿਆ ਵੀ ਤੁਸੀਂ ਫੋਨ ਨਹੀਂ ਚੁੱਕਿਆ, ਜਾਂ ਕੋਈ ਫੋਨ ਮੈਨੂੰ ਆਉਂਦਿਆ ਵੀ ਉਹਦੀ ਮੌਤ ਹੋ ਚੁੱਕੀ ਹਾਰਟ ਅਟੈਕ ਦੇ ਨਾਲ।
ਫਿਰ ਅਸੀਂ ਬਾਹਰ ਨੂੰ ਫੋਨ ਲਾਏ ਅਤੇ ਫਿਰ ਪਤਾ ਕੀਤਾ ਅਤੇ ਫਿਰ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਵੀ ਹਾਂ ਠੀਕ ਉਹਦੀ ਮੌਤ ਹੋ ਗਈ। ਅੱਗੇ ਲੋਕ ਘਰ ਦੇ ਹਾਲਾਤ ਹੀ ਨਹੀਂ ਸੁਧਾਰ ਰਹੇ, ਨਾ ਜੀ 14 ਸਾਲਾਂ 'ਚ ਅਸੀਂ ਘਰ ਦੇ ਹਾਲਾਤ ਹੀ ਨਹੀਂ ਸੁਧਾਰ ਸਕੇ ਕਿਉਂਕਿ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤਾਂ ਸਾਰੀ ਹਾਲਾਤ ਹੀ ਉੱਧਰ, ਅਤੇ ਮੁੜ ਕੇ ਸਾਥੋਂ ਆਪਣਾ ਸੁਧਾਰਿਆ ਨਹੀਂ ਗਿਆ। ਸਾਡੇ ਮਕਾਨ ਵੇਖੋ ਸਾਰੇ ਢੱਠੇ ਆ, ਬਾਲਿਆਂ ਦੇ ਮਕਾਨ ਨੇ ਅਤੇ ਸਾਰੇ ਢੱਠੇ ਹੋਏ ਆ। ਕੀ ਅਪੀਲ ਕੀ ਕਰਦੇ? ਅਸੀਂ ਅਪੀਲ ਕਰਦੇ ਗੌਰਮੈਂਟ ਵਾਲੀ ਵੀ ਸਾਡੇ ਲੜਕੇ ਦੀ ਡੈਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ, ਅਤੇ ਕਿਸੇ ਨੇ ਸਰਕਾਰ ਨੇ ਸਾਡੀ ਅੱਜ ਤੱਕ ਮਦਦ ਨਹੀਂ ਕੀਤੀ ਨਾ, ਅੱਜ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਲ, ਕਿਸੇ ਨੇ ਸਾਡੀ ਸਾਰ ਨਹੀਂ ਲਈ ਇੱਥੇ ਆਣ ਕੇ।